ਮੁੱਦੇ ਕੀ ਬਾਤ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਕਿਸਾਨਾਂ ਦੀ ਕਿ ਕਿਵੇਂ ਕਿਸਾਨ ਖੁਸ਼ਹਾਲ ਹੋ ਸਕੇਗਾ, ਕੀ ਕਰਨਾ ਹੋਏਗਾ, ਪੂਰੀ ਜਿਹੜਾ ਸਾਡਾ ਸਿਸਟਮ ਹੈ ਸਰਕਾਰੀ ਸਿਸਟਮ ਉਸਨੂੰ। ਅਤੇ ਦਰਸ਼ਕਾਂ ਤੋਂ ਜੋ ਸਵਾਲ ਇੱਕ ਵਾਰ ਮੈਂ ਫਿਰ ਤੋਂ ਦੁਹਰਾ ਦੇਵਾਂ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨਾਂ ਦੇ ਕਰਜ਼ ਮੁਆਫ਼ ਕਰਨ ਦੇ ਵਿੱਚ ਪਹਿਲ ਕਰਨਗੀਆਂ, ਤੁਹਾਨੂੰ ਕੀ ਲੱਗਦਾ? ਤੁਸੀਂ ਹੁਣ ਸਾਨੂੰ ਕਾਲ ਦੇ ਜ਼ਰੀਏ ਦੱਸ ਸਕਦੇ ਹੋ। ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, SMS ਦੇ ਜ਼ਰੀਏ ਵੀ ਤੁਸੀਂ ਸਾਨੂੰ ਰਾਏ ਦੇ ਸਕਦੇ ਹੋ, SMS ਵੀ ਕਰੋ। ਅਤੇ ਕਾਲਰ ਪਹਿਲੇ ਜੁੜ ਚੁੱਕੇ ਨੇ ਸਾਡੇ ਨਾਲ, ਸਰਬਜੀਤ ਜੀ ਤਰਨ ਤਾਰਨ ਤੋਂ। ਸਰਬਜੀਤ ਜੀ ਸਵਾਗਤ ਹੈ ਤੁਹਾਡਾ, ਕੀ ਕਹਿਣਾ ਚਾਹੋਗੇ ਅੱਜ ਦੇ ਮੁੱਦੇ ਉੱਤੇ? ਜਿਹੜੀਆਂ ਖੁਦਕੁਸ਼ੀਆਂ ਹੋ ਰਹੀਆਂ ਨਾ ਜੀ, ਇਹ ਸਾਰੀਆਂ ਕਰਜ਼ੇ ਦੇ ਮੁਤਲਕ ਨਹੀਂ ਹੋ ਰਹੀਆਂ ਹੈਗੀਆਂ, ਕੁਝ ਘਰੇਲੂ ਕਾਰਨਾਂ ਕਰਕੇ ਵੀ ਹੋ ਰਹੀਆਂ, ਨੰਬਰ ਇੱਕ। ਠੀਕ ਹੈ। ਦੂਜੀ ਗੱਲ ਇੱਕ ਹੈਗੀ ਆ ਵੀ ਬਹੁਤੇ ਕਿਸਾਨਾਂ ਨੇ ਨਾ ਜੀ ਕਰਜ਼ੇ ਲੈ ਕੇ ਮੋਟਰਸਾਈਕਲ ਖਰੀਦੇ, ਟਰੈਕਟਰ ਖਰੀਦੇ, ਕੋਈ ਹੋਰ ਕਾਰੋਬਾਰ ਕਰ ਲਏ, ਲੇਕਿਨ ਕਰਜ਼ੇ ਨੂੰ ਸ਼ੋਅ ਕਰਦੇ ਰਹੇ। ਤੀਜੀ ਗੱਲ ਇਹ ਜੀ ਵੀ ਬਹੁਤੇ ਜ਼ਿਮੀਂਦਾਰਾਂ ਦੇ ਜਿਹੜੇ ਲੜਕੇ ਆ ਨਾ, ਉਹ ਜਿਹੜੇ ਹੈਗੇ ਆ ਉਹ ਕੰਮ ਹੱਥੀਂ ਦੇ ਕਰਦੇ ਨੇ, ਤੇ ਉਹ ਕੰਮ ਜਿੰਨਾ ਚਿਰ ਹੱਥੀਂ ਨਾ ਕਰਨਗੇ ਉਹਨਾਂ ਚਿਰ ਉਹ ਕਾਮਯਾਬ ਨਹੀਂ ਹੋ ਸਕਦੇ ਹੈਗੇ, ਕਿਸਾਨੀ ਕਾਮਯਾਬ ਨਹੀਂ ਹੋ ਸਕਦੇ ਜੀ। ਇਸ ਕਰਕੇ ਜਿਹੜਾ ਹੈਗਾ ਨਾ ਕਿ ਜੇ ਮੇਰੀ ਜੋ ਰਹਿ ਹੈਗੀ ਆ, ਜੇ ਆਪਾਂ ਕਰਜ਼ਾ ਲਿਆ ਨਾ ਤੇ ਆਪਾਂ ਇਹੋ ਜਿਹੇ ਸੋਰਸਿਸ ਪੈਦਾ ਕਰੀਏ ਜਿਹਦੇ ਨਾਲ ਆਪਾਂ ਸਰਕਾਰ ਦਾ ਕਰਜ਼ਾ ਮੋੜੀਏ। ਠੀਕ ਹੈ, ਮੈਂ ਇਹੋ ਗੱਲ ਕਹੂੰਗਾ। ਤੁਸੀਂ ਖੁਦ ਕਿਸਾਨੀ ਦੇ ਨਾਲ ਜੁੜੇ ਹੋ ਸਰਬਜੀਤ ਜੀ? ਜੁੜਿਆ ਜੀ, ਮੈਂ ਕਿਸਾਨੀ ਦੇ ਨਾਲ ਜੁੜਿਆ ਹੈਗਾ ਵਾ। ਇਹ ਜਿਹੜੇ ਵੱਡੇ ਵੱਡੇ ਕਿਸਾਨਾਂ ਨੇ ਨਾ ਕਰਜ਼ੇ ਲਏ ਹੈਗੇ ਆ, ਕਰਜ਼ਿਆਂ ਨਾਲ ਹੋਰ ਕਾਰੋਬਾਰ ਕੀਤੇ ਹੈਗੇ ਆ। ਚਲੋ ਠੀਕ ਹੈ, ਧੰਨਵਾਦ ਤੁਹਾਡਾ ਸਰਬਜੀਤ ਜੀ ਇਹ ਆਪਣੀ ਰਾਏ ਰੱਖਣ ਦੇ ਲਈ। ਪਰ ਮੇਰਾ ਵੀ ਸਵਾਲ ਤੁਹਾਡੇ ਤੋਂ ਇੱਕ ਜ਼ਰੂਰ ਰਹੇਗਾ, ਜ਼ਰੂਰ ਸੋਚਿਓ ਕਿ ਜਿਹੜੇ ਕਿਸਾਨ ਸਾਰੇ ਇੱਕ ਬਰਾਬਰ ਨਹੀਂ ਹੋ ਸਕਦੇ, ਪਰ ਜੇ ਫਸਲ ਖਰਾਬ ਹੋ ਗਈ ਮੀਂਹ ਪੈਣ ਦੇ ਨਾਲ ਜਾਂ ਮੌਸਮ ਖਰਾਬ ਹੋਣ ਦੇ ਨਾਲ, ਕੋਈ ਬਿਮਾਰੀ ਪੈਣ ਦੇ ਨਾਲ, ਇੱਕ ਫਸਲ ਖਰਾਬ ਹੋਈ, ਦੋ ਫਸਲ ਖਰਾਬ ਹੋਈ, ਤਾਂ ਉਹ ਕਰਜ਼ ਕਿਵੇਂ ਮੁੜੇਗਾ? ਕਿਉਂਕਿ ਸੋਰਸ ਆਫ ਇਨਕਮ ਕਿਸਾਨ ਕੋਲੋਂ ਹੀ ਹੈ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਗੁਰਮੁਖ ਜੀ ਨੇ ਫਿਰੋਜ਼ਪੁਰ ਤੋਂ। ਗੁਰਮੁਖ ਜੀ ਸਵਾਗਤ ਹੈ ਤੁਹਾਡਾ, ਕੀ ਕਹਿਣਾ ਚਾਹੋਗੇ ਕਿਸਾਨਾਂ ਦਾ ਮੁੱਦਾ? ਹਾਂਜੀ, ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ, ਅਸੀਂ ਬਾਰਡਰ ਤੋਂ ਬੋਲ ਰਹੇ ਹਾਂ ਜੀ। ਇਹਨਾਂ ਪੰਜਾਂ ਸਾਲਾਂ 'ਚ ਸਾਨੂੰ ਮਾਲਕੀ ਹੱਕ ਨਹੀਂ ਮਿਲੇਗੀ। ਠੀਕ ਹੈ, ਤੁਹਾਡੀ ਤਾਰ ਤੋਂ ਪਾਰ ਜ਼ਮੀਨ ਹੈ? ਹਾਂਜੀ, ਸਾਨੂੰ ਮਾਲਕੀ ਹੱਕ ਚਾਹੀਦੇ ਨੇ, ਕਿਸਾਨਾਂ ਨੂੰ ਪਹਿਲ ਦੇ ਆਧਾਰ ਤੇ ਮਿਲਣੇ ਜੀ। ਪੰਜਾਬ ਸਰਕਾਰ ਨੇ ਇਹਨਾਂ ਪੰਜਾਂ ਸਾਲਾਂ ਵਿੱਚ ਨਹੀਂ ਕਾਨੂੰਨ। ਚਲੋ ਠੀਕ ਹੈ, ਧੰਨਵਾਦ ਗੁਰਮੁਖ ਜੀ ਸਾਡੇ ਨਾਲ ਜੁੜਨ ਦੇ ਲਈ। ਤਾਂ ਜਿੰਨਾ ਸਮਝ ਆਇਆ ਕਿ ਗੁਰਮੁਖ ਜੀ ਉਸ ਜ਼ਮੀਨ ਦੀ ਗੱਲ ਕਰ ਰਹੇ ਨੇ ਜੋ ਸਰਹੱਦ ਉੱਤੇ ਹੈ, ਅਤੇ ਤਾਰ ਪਾਰ ਕਰਕੇ ਅਸੀਂ ਕਈ ਵਾਰ ਤੁਹਾਨੂੰ ਉਹ ਵੀ ਤਸਵੀਰਾਂ ਦਿਖਾਈਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਤਾਰ ਪਾਰ ਦੀ ਜਿਹੜੇ ਜ਼ਮੀਨ ਹੈ ਉਸਨੂੰ ਲੈ ਕੇ ਕਿਸਾਨ ਪਰੇਸ਼ਾਨ ਰਹਿੰਦੇ। ਤੁਸੀਂ ਆਪਣਾ ਜਿਹੜਾ ਜਵਾਬ ਹੈ ਹਾਂ ਜਾਂ ਨਹੀਂ ਦੇ ਵਿੱਚ SMS ਦੇ ਜ਼ਰੀਏ ਵੀ ਭੇਜ ਸਕਦੇ ਹੋ। ਚਰਚਾ ਨੂੰ ਵਾਪਸ ਅੱਗੇ ਵਧਾਉਂਦੇ ਹਾਂ ਅਤੇ ਸਾਡੇ ਨਾਲ ਮਹਿਮਾਨ ਲਗਾਤਾਰ ਬਣੇ ਹੋਏ ਨੇ। ਮੈਂ ਬਾਲੀ ਜੀ ਤੁਹਾਡੇ ਕੋਲ ਆਵਾਂ, ਇੱਕ ਛੋਟੇ ਜਿਹੇ ਕਮੈਂਟ ਮੈਂ ਸਤਨਾਮ ਜੀ ਤੋਂ ਜ਼ਰੂਰ ਲੈਣਾ ਚਾਹੂੰਗਾ। ਸਤਨਾਮ ਜੀ, ਜਦੋਂ ਅਸੀਂ ਸ਼ੁਰੂਆਤ ਦੇ ਵਿੱਚ ਕਿਸਾਨਾਂ ਜਿਹੜੇ ਵੱਖ ਵੱਖ ਥਾਵਾਂ ਤੋਂ ਕਿਸਾਨਾਂ ਦੀ ਗੱਲ ਸੁਣਾਈ ਸੀ ਆਪਣੇ ਦਰਸ਼ਕਾਂ ਨੂੰ, ਤਾਂ ਇੱਕ ਕਿਸਾਨ ਨੇ ਕਿਹਾ ਕਿ ਲਾਗਤਾਂ ਬਹੁਤ ਵੱਧ ਗਈਆਂ, ਕਿਸਾਨ ਇਹ ਗੱਲ ਕਹਿੰਦੇ ਹੋਏ ਨਜ਼ਰ ਆਏ। ਕਿਸ ਤਰ੍ਹਾਂ ਦੇ ਨਾਲ? ਮੈਂ ਜ਼ਰੂਰ ਸਮਝਣਾ ਚਾਹੂੰਗਾ ਕਿ ਜਿਹੜੇ ਨੌਨ ਕਿਸਾਨ ਨੇ, ਜਿਹੜੇ ਕਿਸਾਨੀ ਨਹੀਂ ਉਹਦੇ ਨਾਲ ਜੁੜੇ ਹੋਏ, ਜੇ ਉਹ ਸਮਝਣਾ ਚਾਹਣ ਕਿ ਕਿਸ ਤਰ੍ਹਾਂ ਦੇ ਨਾਲ ਲਾਗਤਾਂ ਵਧੀਆਂ ਨੇ, ਕਿਉਂਕਿ ਸਮਰਥਨ ਮੁੱਲ ਵੀ ਕੁਝ ਵਧਿਆ ਪਿਛਲੇ ਕੁਝ ਸਮੇਂ ਦੇ ਵਿੱਚ, ਕਿਸ ਤਰ੍ਹਾਂ ਨਾਲ ਲਾਗਤਾਂ ਵਧੀਆਂ ਨੇ, ਜੇਕਰ ਤੁਸੀਂ ਸਮਝਾ ਸਕੋ ਸਾਡੇ ਦਰਸ਼ਕਾਂ ਨੂੰ। ਨਹੀਂ ਨਹੀਂ, ਉਹ ਤਾਂ ਸਪਸ਼ਟ ਹੋ ਗਿਆ, ਜਿੰਨੀਆਂ ਯੂਨੀਵਰਸਿਟੀਆਂ, ਐਗਰੀਕਲਚਰ ਯੂਨੀਵਰਸਿਟੀਆਂ ਲੁਧਿਆਣਾ ਜਾਂ ਅਸਾਰ, ਜਿੰਨੀਆਂ ਯੂਨੀਵਰਸਿਟੀਆਂ ਨੇ ਜੀ, ਉਹਨਾਂ ਨੇ ਸਪਸ਼ਟ ਕਰਤਾ ਵੀ ਜਿਹੜੀ MSC ਮਿਲ ਰਹੀ ਹੈ ਕਿਸਾਨਾਂ ਨੂੰ, ਨਾ ਮਾਤਰ ਮਿਲ ਰਹੀ ਹੈ, ਜਿਹੜੀ ਲਾਗਤ ਖਰਚੇ ਬਹੁਤ, ਯੂਨੀਵਰਸਿਟੀ ਦੇ ਮਹਿਰਾਂ ਨੇ ਸਾਬਤ ਕਰਤਾ, ਸਾਡੀ ਗੱਲ ਨਾ ਵੀ ਮੰਨੀ ਜਾਏ। ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਵੀ ਜਿਹੜੇ ਦੇਸ਼ ਦੀ ਪਾਰਲੀਮੈਂਟ ਦੇ ਰਿਕਾਰਡ ਦੇ ਉੱਤੇ 3 ਲੱਖ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਗਏ ਹੋਣ, ਔਰ ਉਸ ਪਾਰਲੀਮੈਂਟ ਦੇ ਵਿੱਚ ਇਹ ਰਿਪੋਰਟ ਆਵੇ 37 ਕਿਸਾਨ ਰੋਜ਼ਾਨਾ ਖੁਦਕੁਸ਼ੀ ਕਰ ਰਹੇ ਹੋਣ, ਔਰ ਖੇਤੀ ਪ੍ਰਧਾਨ ਸੂਬਾ ਸਾਡਾ ਪੰਜਾਬ ਹੋਵੇ ਜਿੱਥੇ ਉਪਜਾਊ ਇੰਨੀ ਧਰਤੀ ਹੋਵੇ, ਇੰਨਾ ਅਨਾਜ ਅਸੀਂ 60% ਤੋਂ ਵੱਧ ਦੇਸ਼ ਦੇ ਅੰਨ ਭੰਡਾਰ ਵਿੱਚ ਪਾਈਏ, ਅਤੇ ਉੱਥੇ ਕਿਸਾਨਾਂ ਦੇ 2-3-4 ਕਿਸਾਨਾਂ ਦੇ ਰੋਜ਼ ਸਿਵੇ ਮੱਚ ਰਹੇ ਹੋਣ, ਅਤੇ ਏਦੋਂ ਵੱਡੀ ਚਿੰਤਾ ਕੀ ਹੋ ਸਕਦੀ? ਮੈਂ ਬਲਟੋਵਾ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਠੀਕ ਹੈ, ਤੁਸੀਂ ਵਿਧਾਨ ਸਭਾ ਵਿੱਚ ਮਤਾ ਪਾਇਆ MS ਸਵਾਮੀਨਾਥਨ ਦਾ, ਤੁਹਾਡੀ ਉੱਥੇ ਭਾਈਵਾਲਾ ਸਰਕਾਰ ਹੈ, ਕੀ ਬਾਦਲ ਸਾਹਿਬ ਰਾਜਨੀਤਿਕ ਪ੍ਰੈਸ਼ਰ ਪਾ ਕੇ ਸਵਾਮੀਨਾਥਨ ਰਿਪੋਰਟ ਲਾਗੂ ਨਹੀਂ ਕਰਾ ਸਕਦਾ? ਜੇ ਅਕਾਲੀ ਦਲ ਸਹਿਮਤ ਹੈ ਵੀ ਇਹਦੇ ਬਗੈਰ ਕਿਸਾਨ ਬਚ ਨਹੀਂ ਸਕਦਾ, ਤੇ ਉੱਥੇ ਕੀ ਮੋਦੀ ਸਾਹਿਬ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਰਕਾਰ ਹੈ ਉੱਥੇ? ਔਰ ਜਿਹੜਾ ਮਨੀ ਲੈਂਡਰ ਆੜ੍ਹਤੀਆਂ ਦੀ ਇਹਨਾਂ ਨੇ ਗੱਲ ਕੀਤੀ, ਆੜ੍ਹਤੀਆਂ ਦੇ ਕਰਜ਼ੇ ਬੜੇ ਖਤਰਨਾਕ ਨੇ, ਮੈਂ ਇਹ ਵੀ ਸਵਾਲ ਪੁੱਛਣਾ ਚਾਹੁੰਦਾ ਪੰਜਾਬ ਸਰਕਾਰ ਤੋਂ ਵੀ ਕਿ ਇਹ ਗੈਰ ਕਾਨੂੰਨੀ ਮਨੀ ਲੈਂਡਰ ਨਹੀਂ ਚੱਲ ਰਿਹਾ ਦੱਬੇ ਕੁਚਲੇ ਕਿਸਾਨਾਂ ਤੋਂ, ਉਹਨਾਂ ਦੀ ਮਜਬੂਰੀ ਦਾ ਫਾਇਦਾ ਲੈ ਕੇ 18% ਤੋਂ 36% ਵਿਆਜ ਕਿਉਂ ਲਈ ਜਾ ਰਹੀ ਹੈ? ਠੀਕ ਹੈ, ਵਿਧਾਨ ਸਭਾ 'ਚ ਮਤਾ ਲਿਆਂਦਾ, ਉਸ ਮਤੇ ਦਾ ਕਿਸੇ ਵਿਆਜ ਦੇ ਖੇਤਰ ਵਿੱਚ, ਬੈਂਕ ਵਿਆਜ ਕੋਈ ਉਹਨੂੰ ਕਿਸੇ ਅਧਿਕਾਰ ਖੇਤਰ 'ਚ ਲਿਆਂਦਾ? ਇਹ ਸਵਾਲ ਹੈ ਉਹਨੂੰ। ਹੁਣ ਤੀਕਰ ਜੇ ਦੂਰਾ ਕੋਈ ਮਤਾ ਲਿਆਂਦਾ ਵੀ ਤਾਂ ਉਹਨੂੰ
ਪ੍ਰੈਕਟੀਕਲ ਛੇਪ ਕਿਉਂ ਨਹੀਂ ਹੁਣ ਤੱਕ ਕਰਦੇ ਠੀਕ ਹੈ ਕਿਸਾਨਾਂ ਦੇ ਠੀਕ ਹੈ ਤੁਸੀਂ ਵਾਜਿਬ ਸਵਾਲ ਚੁੱਕੇ ਨੇ ਮੈਂ ਵਲਟਵਾ ਸਾਹਿਬ ਕੋਲ ਜਾਊਂਗਾ ਬਾਲੀ ਸਾਹਿਬ ਤੋਂ ਇੱਕ ਰਿਐਕਸ਼ਨ ਲੈ ਲਵਾਂਗੇ ਠੀਕ ਹੈ ਸਤਨਾ ਇੱਕ ਮੈਂ ਹੋਰ ਸਪਸ਼ਟ ਕਰਨਾ ਚਾਹਣਾ ਵਲਟਵਾ ਸਾਹਿਬ ਤੋਂ ਪਹਿਲੋਂ ਵੇ ਵੇਖੋ ਜਿਹੜੀ ਐਮ ਐਸ ਸਵਾਮੀ ਨਾਥ ਨੇ ਇਹ ਕੋਈ ਛੋਟਾ ਬੰਦਾ ਨਹੀਂ ਇਸ ਰਿਪੋਰਟ ਨੇ ਜੇ ਕਾਂਗਰਸ ਨੇ ਇਹਨੂੰ ਦੱਬਣ ਦੀ ਕੋਸ਼ਿਸ਼ ਕੀਤੀ ਕਾਂਗਰਸ ਦਾ ਰਾਜਨੀਤਿਕ ਭੋਗ ਪੈ ਗਿਆ ਸਾਰੇ ਦੇਸ਼ ਵਿੱਚ ਤੇ ਹੁਣ ਮੋਦੀ ਸਰਕਾਰ ਨੂੰ ਮੈਂ ਸੁਚੇਤ ਕਰਨਾ ਚਾਹਣਾ ਵਾ ਦੇਸ਼ ਦੇ ਕਿਸਾਨਾਂ ਨੇ ਦਿੱਲੀ ਬਹਿ ਕੇ ਫੈਸਲਾ ਕਰ ਲਿਆ ਹੁਣ ਵੱਧ ਅਨਾਜ ਪੈਦਾ ਕਰਕੇ ਅਸੀਂ ਕਰਜ਼ੇ ਦੀ ਪੰਡ ਨਹੀਂ ਲਾ ਸਕਦੇ ਪਿਛਲੇ ਸਾਲ ਅਸੀਂ ਲਾਲ ਬਹਾਦਰ ਸ਼ਾਸਤਰੀ ਦੀ ਸਮਾਧੀ ਤੋਂ ਅਸੀਂ ਮੰਨਦੇ ਦੇਸ਼ ਦੇ ਕਿਸਾਨ ਉਹ ਸਾਡੇ ਦੇਸ਼ ਦੇ ਜਿੰਨੇ ਪ੍ਰਧਾਨ ਮੰਤਰੀ ਬਣੇ ਉਹ ਇੱਕ ਇਮਾਨਦਾਰ ਬੰਦਾ ਉਹਦੀ ਸਮਾਧੀ ਤੇ ਅਸੀਂ ਹਲਫ ਲਿਆ ਵੀ ਅਸੀਂ ਕਿਸਾਨ ਕਰਜ਼ਾ ਮੁਕਤੀ ਆਪਣੇ ਬਹੁਤ ਸਾਰੇ ਸਵਾਲ ਰੱਖੇ ਨੇ ਮੈਂ ਤੁਹਾਡੇ ਕੋਲ ਆਊਂਗਾ ਵਾਪਸ ਬਾਲੀ ਸਾਹਿਬ ਆਪਾਂ ਹੱਲ ਦੇ ਵੱਲ ਵਧੀਏ ਕਿਉਂਕਿ ਸੈਕਿੰਡ ਸੈਗਮੈਂਟ ਦੇ ਵਿੱਚ ਆਪਾਂ ਹੱਲ ਦੀ ਗੱਲ ਕਰ ਰਹੇ ਸੀ ਤੁਸੀਂ ਬ੍ਰੇਕ ਤੋਂ ਪਹਿਲਾਂ ਕੁਝ ਕਹਿਣਾ ਚਾਹ ਰਹੇ ਸੀ ਬਾਲੀ ਸਾਹਿਬ ਨਹੀਂ ਮੈਂ ਮਾਨਵਰ ਇਹ ਕਹਿ ਰਿਹਾ ਸੀ ਇਹਨਾਂ ਨੂੰ ਕਿ ਉੱਥੇ ਵੀ ਮੋਦੀ ਸਰਕਾਰ ਹੈ ਤੁਹਾਡੀ ਭਾਈਵਾਲ ਸਰਕਾਰ ਹੈ ਕਿਸਾਨਾਂ ਦਾ ਤੁਸੀਂ ਹੱਲ ਕਰੋ ਜਾਂ ਤੇ ਵਲਟੋਆ ਸਾਹਿਬ ਇੰਨੀ ਗੱਲ ਕਹਿ ਦੇਣ ਕਿ ਪੰਜਾਬ ਦੇ ਜਿਹੜੇ ਛੋਟੇ ਕਿਸਾਨ ਨੇ ਉਹ ਆਤਮ ਹੱਤਿਆ ਨਹੀਂ ਕਰ ਰਹੇ ਕਿਆ ਉਹਨਾਂ ਦਾ ਜਿਹੜਾ ਕਰਜ਼ਾ ਹੈਗਾ ਵੇ ਉਹ ਨਹੀਂ ਹੈਗਾ ਜਾਂ ਕਿਸਾਨਾਂ ਨਾਲ ਬੇਇਨਸਾਫੀ ਨਹੀਂ ਹੋ ਰਹੀ ਉਹ ਜਲੂਸ ਜਲਸੇ ਕੱਢਦੇ ਨੇ ਉਹਨਾਂ 'ਤੇ ਲਾਠੀਆਂ ਅਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਵਲਟੋਆ ਸਾਹਿਬ ਇਹ ਕਹਿ ਦਿੰਦੇ ਸਰਕਾਰ ਦੇ ਵਿੱਚ ਤਾਂ ਹੁਣ ਤਾਂ ਖੈਰ ਹਟ ਗਏ ਨੇ ਸਰਕਾਰ 'ਚੋਂ ਮਤਲਬ ਇਹ ਕਹਿੰਦਾ ਲਾਲ ਬੱਤੀ ਹਟ ਗਈ ਇਹਨਾਂ ਦੀ ਹਾਈਕੋਰਟ ਵੱਲੋਂ ਪਰ ਮੇਰਾ ਮਤਲਬ ਫਿਰ ਵੀ ਕਹਿਣ ਦਾ ਮੇਰਾ ਮਤਲਬ ਇਹ ਹੈਗਾ ਵੀ ਇਹਨਾਂ ਨੂੰ ਜਿਹੜੀ ਚੀਜ਼ ਹੈਗੀ ਉਹ ਸਪਸ਼ਟ ਕਰਨੀ ਚਾਹੀਦੀ ਹੈ ਜੇ ਮੈਂ ਮੇਰੀ ਸਰਕਾਰ ਸੀ ਜੇ ਮੇਰੀ ਪਾਰਟੀ ਸੀ ਤਾਂ ਮੈਂ ਆਪਣੀ ਪਾਰਟੀ ਵੱਲੋਂ ਇਹ ਗੱਲ ਕਹੀਏ ਤੁਸੀਂ ਇਸ ਗੱਲ ਨੂੰ ਮੰਨੋ ਕਿ ਤੋਤਾ ਸਿੰਘ ਜੀ ਨੇ ਡੁਪਲੀਕੇਟ ਦਵਾਈਆਂ ਦੇ ਕੇ ਉੱਥੇ ਉਹਨਾਂ ਦੀ ਸਰਕਾਰ ਤੁਹਾਡੀ ਸਰਕਾਰ ਦੇ ਵਿੱਚ ਬੈਠੇ ਨੇ ਤੁਸੀਂ ਕੀ ਉਹਨਾਂ ਤੇ ਇਨਕੁਆਇਰੀ ਕੀਤੀ ਨਹੀਂ ਬਾਲੀ ਸਾਹਿਬ ਇੱਕ ਛੋਟਾ ਜਿਹਾ ਮੇਰਾ ਸਵਾਲ ਕਿ ਤੁਸੀਂ ਕੀ ਕੀਤਾ ਉਹਨਾਂ ਤੇ ਤੁਸੀਂ 8-9 ਸਾਲ ਦੇ ਲਈ ਮਾਫੀ ਮੰਗ ਰਹੇ ਹੋ ਪਰ ਵਾਅਦਾ ਕਰ ਰਹੇ ਹੋ ਕਿ ਜੇ ਮੁੜ ਤੋਂ ਸਰਕਾਰ ਆਈ ਤਾਂ ਅਸੀਂ ਕੰਮ ਕਰਾਂਗੇ ਤੁਸੀਂ ਲੋਕਾਂ ਨੂੰ ਪੱਕੇ ਤੌਰ ਤੇ ਯਕੀਨ ਕਿਵੇਂ ਦਿਵਾਓਗੇ ਕਿਉਂਕਿ ਉਹੀ 8-9 ਸਾਲ ਤੁਹਾਡੇ ਹੱਥ 'ਚ ਸੀਗਾ ਕਿ ਤੁਸੀਂ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿੰਦੇ ਦੇਖੋ ਮੈਂ ਮੇਰੀ ਗੱਲ ਸੁਣੋ ਸਾਡੇ ਦੇਖੋ ਗੌਰਵ ਜੀ ਅਗਰ 9.5 ਸਾਲ ਚ ਇਹਨਾਂ ਨੇ ਨਹੀਂ ਕੀਤਾ ਤੇ ਸਾਡੇ ਪੀਸੀਸੀ ਪ੍ਰੈਜ਼ੀਡੈਂਟ ਨੇ ਵਾਅਦਾ ਕੀਤਾ ਕਿ ਅਗਰ ਸਾਡੀ ਸਰਕਾਰ ਆਈ ਤੇ 100% ਕਰਾਂਗੇ ਉਹ ਫੌਜੀ ਨੇ ਉਹ ਆਰਮੀ ਆਫੀਸਰ ਰਹੇ ਨੇ ਅਗਰ ਉਹ ਕਹਿੰਦੇ ਨੇ ਤੇ ਉਹ ਕਰਦੇ ਨੇ ਦੇ ਕਿਸਾਨਾਂ ਦਾ ਪੂਰਾ ਵਿਸ਼ਵਾਸ ਹੈ ਜੇ 2 ਸਾਲ ਹੁਣ ਮੋਦੀ ਸਾਹਿਬ ਨੂੰ ਹੋ ਗਏ ਨੇ ਤੇ ਉਹਨਾਂ ਨੇ ਵੀ ਨਹੀਂ ਕੀਤਾ ਜੇ ਆਪਾਂ ਕਾਂਗਰਸ ਤੇ ਦੋਸ਼ ਦਿੰਦੇ ਆ ਜਿਹੜਾ ਮੈਂ ਵੀ ਫੈਕਟ ਲਿਆਉਂਦੇ ਨੇ ਵਾਅਦਾ ਕਰਦੇ ਨੇ ਅਕਸਰ ਤਾਂ ਇਹ ਵਿਸ਼ਵਾਸ ਹੋ ਗਿਆ ਠੀਕ ਹੈ ਤਕਰੀਬਨ 10 ਸਾਲ ਹੋ ਗਏ ਨੇ ਸਰਕਾਰ ਕੋਈ ਵੀ ਰਹੀ ਹੋਵੇ ਮੈਂ ਸਵਾਮੀਨਾਥਨ ਰਿਪੋਰਟ ਦੀ ਗੱਲ ਕਰ ਰਹੇ ਕਿ ਉਹ ਲਾਗੂ ਨਹੀਂ ਹੋ ਸਕੀ ਵਲਟਵਾ ਸਾਹਿਬ 9 ਸਾਲ ਹੋ ਗਏ ਜੀ ਠੀਕ ਹੈ ਵਲਟਵਾ ਸਾਹਿਬ ਜੋ ਸਤਨਾਮ ਸਿੰਘ ਜੀ ਨੇ ਗੱਲ ਕਹੀ ਸੀਗੀ ਕਿ ਸ਼੍ਰੋਮਣੀ ਅਕਾਲੀ ਦਲ ਪ੍ਰੈਸ਼ਰ ਪਾ ਕੇ ਰਾਜਨੀਤਿਕ ਪ੍ਰੈਸ਼ਰ ਪਾ ਕੇ ਬੀਜੇਪੀ ਤੋਂ ਰਿਪੋਰਟ ਲਾਗੂ ਕਰਵਾਉਣ ਦੇ ਲਈ ਪ੍ਰੈਸ਼ਰ ਨਹੀਂ ਪਾ ਸਕਦਾ ਕਿਉਂ ਕਿਉਂਕਿ ਤੁਸੀਂ ਇੱਕ ਲੰਮੇ ਵੇਲੇ ਤੋਂ ਭਾਈਵਾਲ ਹੁਣ ਦੋਵੇਂ ਪਾਰਟੀਆਂ ਤੇ ਹੁਣ ਸਟੇਟ ਸੈਂਟਰ ਦੋਨੋਂ ਸੇਮ ਸਰਕਾਰਾਂ ਨੇ ਆਪਾਂ ਹੱਲ ਵੱਲ ਵਧੀਏ ਕਿਉਂਕਿ ਇਸ ਸੈਗਮੈਂਟ 'ਚ ਆਪਾਂ ਹੱਲ ਦੀ ਗੱਲ ਕਰਨੀ ਹੈ ਕਿ ਕਿਆ ਸੋਲਿਊਸ਼ਨ ਹੋ ਸਕਦਾ ਗੌਰਵ ਜੀ ਅਸੀਂ ਇਹਦੇ 'ਚ ਕੋਈ ਦੁਰਾਵਾਂ ਨਹੀਂ ਗੀਆਂ ਸੋਲਿਊਸ਼ਨ ਇਹੀ ਹੈ ਕਿ ਜਿਹੜੀ ਕਿਸਾਨੀ ਕਰਜ਼ਿਆਂ 'ਚ ਫਸੀ ਹੈ ਜੇ ਅਸੀਂ ਕਾਰਪੋਰੇਟ ਘਰਾਣਿਆਂ ਦੇ ਲੱਖਾਂ ਕਰੋੜ ਰੁਪਈਏ ਮਾਫ ਕਰ ਸਕਦੇ ਹਾਂ ਤੇ ਜਿਹੜੀ ਕਿਸਾਨੀ ਹੈ ਜਿਹੜੀ ਛੋਟੀ ਕਿਸਾਨੀ ਹੈ ਜਿਨ੍ਹਾਂ ਨੇ ਦੇਸ਼ ਦੇ ਅਨਾਜ ਭੰਡਾਰ 'ਚ ਬੜਾ ਵੱਡਾ ਹਿੱਸਾ ਪਾਇਆ ਆਪਦੀ ਮਿਹਨਤ ਆਪਦਾ ਪਸੀਨਾ ਵਹਾ ਕੇ ਮਿਹਨਤ ਕਰਕੇ ਦੇਸ਼ ਨੂੰ ਅੰਨ ਦਿੱਤਾ ਹੈ ਤੇ ਜੇ ਅੱਜ ਉਹ ਸਮੱਸਿਆ 'ਚ ਹੈ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਔਰ ਇਹ ਜਿੱਥੇ ਤੱਕ ਪੰਜਾਬ ਸਰਕਾਰ ਦੀ ਗੱਲ ਹੈ ਸਭ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਹੈ ਅਸੀਂ ਓਪਨਲੀ ਵੀ ਕਹਿੰਦੇ ਜੇ ਮੈਂ ਡਿਬੇਟ 'ਚ ਕਹਿ ਰਿਹਾ ਤੇ ਮੈਂ ਅਕਾਲੀ ਦਲ ਦਾ ਜਾਂ ਪੰਜਾਬ ਸਰਕਾਰ ਦਾ ਪੱਖ ਰੱਖ ਰਿਹਾ ਠੀਕ ਹੈ ਕਿਸਾਨੀ ਪ੍ਰਤੀ ਸਾਡੀ ਕੀ ਸੋਚ ਹੈ ਜਾਂ ਅਸੀਂ ਸੈਂਟਰ ਤੋਂ ਕੀ ਚਾਹੁੰਦੇ ਤੇ ਸੈਂਟਰ ਸਰਕਾਰ ਕੋਲੇ ਸਵਾਮੀਨਾਥਨ ਦਾ ਜਿਸ ਤਰ੍ਹਾਂ ਸਰਦਾਰ ਸਤਨਾਮ ਸਿੰਘ ਹੋਰਾਂ ਗੱਲ ਕੀਤੀ ਕਿਸੇ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਹਿੰਦੁਸਤਾਨ ਦੀ ਸਰਕਾਰ ਕੋਲੇ ਭੇਜਿਆ ਔਰ ਹੁਣ ਵੀ ਮੌਜੂਦਾ ਸਰਕਾਰ ਕੋਲੇ ਵੀ ਅਸੀਂ ਵਾਰ ਵਾਰ ਇਹੀ ਗੱਲ ਕਹਿੰਦੇ ਹਾਂ ਕਿ ਕਿਸਾਨੀ ਨੂੰ ਸਮੱਸਿਆ 'ਚੋਂ ਕੱਢਿਆ ਜਾਵੇ ਕਿਉਂਕਿ ਜਿਸ ਤਰ੍ਹਾਂ ਗੱਲ ਵੀ ਕੀਤੀ ਹੈ ਕਿ ਕਦੀ ਗੜੇਮਾਰ ਹੋ ਗਈ ਕਦੀ ਕਿਸੇ ਕਾਰਨ ਕਰਕੇ ਖੇਤੀ ਦਾ ਨੁਕਸਾਨ ਹੋ ਗਿਆ ਖੇਤੀਬਾੜੀ ਦੇ ਮਸ਼ਹੂਰ ਹੈ ਕਿ ਖੇਤੀ ਕਰਮਾ ਸੇਤੀ ਇਹ ਤੇ ਕੁਦਰਤ ਦੀ ਕਈ ਵਾਰ ਮਾਰ ਇਹੋ ਜਿਹੀ ਵੱਜ ਜਾਂਦੀ ਹੈ ਕਿ ਚੰਗੇ ਭਲੇ ਵੱਡੇ ਵੱਡੇ ਕਿਸਾਨ ਜਿਹੜੇ ਨੇ ਉਹ ਕਰਜ਼ੇ ਥੱਲੇ ਨੂੰ ਨਿਕਲਦੇ ਇਸ ਕਰਕੇ ਜਿਹੜੀ ਆ ਸਵਾਮੀਨਾਥਨ ਰਿਪੋਰਟ ਜਿਹੜੀ ਆ ਉਹ ਹੂਬ ਹੂ ਲਾਗੂ ਹੋਣੀ ਚਾਹੀਦੀ ਮੈਂ ਤਾਂ ਇਸ ਤੋਂ ਵੀ ਅੱਗੇ ਸ਼੍ਰੋਮਣੀ ਅਕਾਲੀ ਦਲ ਇਸ ਤੋਂ ਵੀ ਅੱਗੇ ਕਹਿੰਦਾ ਕਿ ਸਵਾਮੀਨਾਥਨ ਜਿਹੜੀ ਰਿਪੋਰਟ ਹੈ ਇਕੱਲੀ ਉਹ ਨਹੀਂ ਉਹ ਤਾਂ ਸਾਰੀ ਹੋਣੀ ਚਾਹੀਦੀ ਉਸ ਤੋਂ ਇਲਾਵਾ ਵੀ ਜਿਹੜੀਆਂ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਉਸ ਤੋਂ ਇਲਾਵਾ ਵੀ ਬੈਠ ਕੇ ਵਿਚਾਰ ਕਰਕੇ ਕਿਸਾਨ ਜਥੇਬੰਦੀਆਂ ਦੇ ਨਾਲ ਅੱਜ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਲੋੜ ਹੈ ਜਿਹੜੀ ਕਿ ਬਿਲਕੁਲ ਜਿਹੜੀ ਬੜੀ ਥੱਲੇ ਚਲੇ ਗਈ ਹੈ ਠੀਕ ਹੈ ਔਰ ਜਿਹੜੀ ਗੱਲ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਆੜ੍ਹਤੀਆਂ ਦੇ ਕਰਜ਼ਿਆਂ ਦੀ
ਜੇ ਪਹਿਲੀ ਵਾਰ ਕਿ ਕਿਸੇ ਸਰਕਾਰ ਨੇ ਕਿਸਾਨਾਂ ਬਾਰੇ ਸੋਚਿਆ ਕਿ ਆੜ੍ਹਤੀ ਇਹੋ ਜਿਹੇ ਜਾਲ ਚ ਫਸਾਉਂਦੇ ਨੇ, ਆੜ੍ਹਤੀ ਸਾਡੇ ਹੀ ਨੇ, ਬਾਹਰੇ ਕਿਸਾਨ ਵੀ ਆੜ੍ਹਤੀ ਆੜ੍ਹਤਪਣਾ ਕਰਦੇ ਨੇ, ਪਰ ਇਹੋ ਜਿਹਾ ਜਾਲ ਚ ਫਸਦਾ ਕਿਸਾਨ ਉਹ ਚੋਂ ਨਿਕਲਦਾ ਨਹੀਂ। ਉਹਦੇ ਬਾਰੇ ਬਕਾਇਦਾ ਐਕਟ ਪਾਸ ਕੀਤਾ, ਐਕਟ ਲਾਗੂ ਹੋਣਾ ਹੈ, ਕਮਿਸ਼ਨ ਬਣਦੇ ਨੇ, ਸਾਰਾ ਕੁਛ ਹੋਣਾ ਹੈ, ਔਰ ਆਉਣ ਵਾਲੇ ਸਮੇਂ ਚ ਜਿਹੜਾ ਉਹ ਜਾਲ ਸੀ ਕਿਸਾਨੀ ਦੇ ਉੱਤੇ ਆੜ੍ਹਤੀਆਂ ਵਾਲਾ, ਉਹਦੇ ਚੋਂ ਕਿਸਾਨ ਬਚੂਗਾ। ਅਸੀਂ ਤੇ ਹਰ ਪੱਖ ਤੋਂ ਹੀ ਹੁਣ ਜਿਹੜਾ ਕਿਸਾਨਾਂ ਦਾ ਬੀਮਾ ਯੋਜਨਾ ਸ਼ੁਰੂ ਕੀਤੀ, ਭਗਤ ਪੂਰਨ ਸਿੰਘ ਬੀਮਾ ਯੋਜਨਾ, ਚਾਹੇ ਉਹ ਦਲਿਤ ਭਾਈਚਾਰਾ ਹੈ ਚਾਹੇ ਕਿਸਾਨ ਭਾਈਚਾਰੇ ਜਾਂ ਪੰਜਾਬ ਦੇ ਹੋਰ ਭਾਈਚਾਰੇ ਨੇ, ਜੇ 50,000 ਰੁਪਏ ਤੱਕ ਦਾ ਹਰ ਕੋਈ ਇਲਾਜ ਕਰਾ ਸਕਦਾ ਹੈ, ਜੇ ਕੋਈ ਇੰਸੀਡੈਂਟ ਬਾਲੀ ਸਾਹਿਬ ਬਲਟਵਾ ਜੀ ਬਾਲੀ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ ਬਾਲੀ ਸਾਹਿਬ। ਕੈਪਟਨ ਅਮਰਿੰਦਰ ਸਿੰਘ ਕਿਹੜੀ ਗੱਲ ਤੇ ਵਿਸ਼ਵਾਸ ਕਰੀਏ? ਬੁੱਢਾ ਜੀ ਮੈਂ ਤੁਹਾਡੇ ਕੋਲ ਆਉਂਗਾ, ਸਾ ਗਵਾ ਚੁੱਕੇ 30 ਸੈਕਿੰਡਸ ਦੋ ਇਹਨਾਂ ਦੇ 2000 ਬਾਲੀ ਸਾਹਿਬ ਦਾ ਰਿਐਕਸ਼ਨ ਲੈ ਬੰਬੀਆਂ ਦੇ ਬਿੱਲ ਮਾਫ ਕਰੋ, ਕਿਹੜੀ ਗੱਲ ਤੇ ਵਿਸ਼ਵਾਸ ਕਰੀਏ? ਬਿੱਲ ਮਾਫ ਕੀਤੇ ਨਹੀਂ ਤੁਸੀਂ, ਉਲਟਾ ਉਗਰਾਏ ਡੰਡੇ ਨਾਲ ਉਗਰਾਏ ਤੁਸੀਂ ਮੇਰੇ। ਬੁੱਢਾ ਸਾਹਿਬ ਬੁੱਢਾ ਸਾਹਿਬ ਥੋੜਾ ਜਿਹਾ ਸਮਾਂ ਦਿਓ, ਬਾਲੀ ਸਾਹਿਬ ਨੂੰ ਰਿਐਕਸ਼ਨ ਲੈ ਕਿਉਂ ਕਰੋਗੇ? ਠੀਕ ਹੈ, ਇੱਕ ਹੋਰ ਗੱਲ ਕੀ ਮੇਰਾ ਇੱਕ ਗੌਰਵ ਜੀ ਬੰਦਾ ਸਾਹਿਬ ਗੌਰਵ ਜੀ ਸਭ ਤੋਂ ਵੱਡੀ ਗੱਲ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਬੈਠੇ ਬੱਕ ਕਿਸਾਨ ਮਨਪ੍ਰੀਤ ਸਿੰਘ ਬਾਦਲ ਉਹ ਵਿਅਕਤੀ ਹੈ। ਬੁੱਢਾ ਜੀ ਮੈਂ ਰਿਕੁਐਸਟ ਕਰੂੰਗਾ ਪਲੀਜ਼ ਇੱਕ ਇੱਕ ਕਰਕੇ ਬੋਲੀਏ, ਆਪਾਂ ਸਾਰਾ ਜਿਹੜੇ ਦਰਸ਼ਕਾਂ ਨੂੰ ਸਮਝ ਆਏਗਾ, ਸਮਾਂ ਬਹੁਤ ਘੱਟ ਹੁੰਦਾ ਹੈ ਕਿ ਬੰਦਿਆਂ ਦੇ ਦਿਲ ਲਾਏ ਜਾਣ ਪਲੀਜ਼, ਔਰ ਬੰਦਿਆਂ ਦੇ ਦਿਲ ਨਾਲ ਵਾਸਤੇ ਜ਼ੋਰ ਦਿੰਦਾ ਰਿਹਾ ਕਿ ਕਹਿੰਦਾ ਬਾਲੀ ਸਾਹਿਬ ਨਹੀਂ ਨਹੀਂ ਤੁਸੀਂ ਸਲਾਨਾ ਅਸੀਂ ਦੇਣੇ ਆ 5,000 ਚੋਣਾਂ ਹੋਈਆਂ ਮੇਰੀ ਸਰਕਾਰ ਬਣੀ, ਮੈਂ ਪਹਿਲੇ ਦਿਨ ਜਿੱਦਣ ਅਲਫ ਲਊਗੀ ਉਦਣ ਹੀ ਜਿਹੜਾ ਸਟੇਟ ਦਾ ਕਰਜ਼ਾ ਮੈਂ ਖਤਮ ਕਰ ਦਿੱਤਾ 77,000 ਕਰੋੜ ਰੁਪਈਆ ਪਹਿਲੇ ਦਿਨ ਅਲਫ ਲੈ ਕੇ ਉਸ ਮੁੱਖ ਮੰਤਰੀ ਨੇ ਕਰਜ਼ਾ ਮਾਫ਼ ਕੀਤਾ। ਬਲਟੋਆ ਸਾਹਿਬ ਜੇ ਬਾਦਲ ਸਾਹਿਬ ਕਰਨਾ ਚਾਹੁਣ ਘੱਟੋ ਘੱਟ ਜਿਹੜਾ ਤੁਹਾਡੇ ਅਧਿਕਾਰ ਖੇਤਰ 'ਚ ਕਰਜ਼ਾ ਆਉਂਦਾ ਸੈਂਟਰ ਨੂੰ ਛੱਡੋ, ਸੈਂਟਰ ਨਾਲ ਅਸੀਂ ਲੜ ਲਾਂਗੇ, ਜੇ ਨਾ ਉੱਧਰ ਨੂੰ ਗਏ ਅਸੀਂ ਉਹਨਾਂ ਨੂੰ ਪੂਰੇ ਦੇਸ਼ ਵਿੱਚ ਕਿਸਾਨ ਅੰਦੋਲਨ ਖੜਾ ਕਰ ਰਹੇ ਹਾਂ। ਤੁਸੀਂ ਮੈਨੀਫੈਸਟੋ ਤੋਂ ਪਹਿਲਾਂ ਤੁਹਾਡੀ ਸਰਕਾਰ ਜਿਹੜਾ ਤੁਹਾਡੇ ਅਧਿਕਾਰ ਖੇਤਰ 'ਚ ਆਉਂਦਾ, ਠੀਕ ਹੈ ਅਧਿਕਾਰ ਖੇਤਰ ਦੀ ਅਸੀਂ ਗੱਲ ਕਰ ਰਹੇ ਹਾਂ, ਉਹਦੇ 'ਚ ਲੀਕ ਫੇਰ ਸਾਨੂੰ ਠੀਕ ਹੈ। ਸਤਨਾਮ ਜੀ ਤੁਸੀਂ ਆਪਣਾ ਪੱਖ ਰੱਖਿਆ, ਥੋੜਾ ਜਿਹਾ ਹੋਲਡ ਕਰੋ। ਸਤਨਾਮ ਸਿੰਘ ਜੀ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ। ਠੀਕ ਹੈ ਠੀਕ ਹੈ, ਬਾਲੀ ਸਾਹਿਬ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ, ਉਸ ਤੋਂ ਬਾਅਦ ਆਪਾਂ ਬਲਟਵਾ ਸਾਹਿਬ ਕੋਲ ਜਾਵਾਂਗੇ। ਬਾਲੀ ਜੀ ਸਤਨਾਮ ਜੀ ਥੋੜਾ ਜਿਹਾ ਹੋਲਡ ਕਰੋ, ਤੁਸੀਂ ਆਪਣਾ ਪੱਖ ਰੱਖਿਆ। ਬਾਲੀ ਜੀ ਨੂੰ ਮੈਂ ਤਾਂ ਸਿਰਫ ਮੈਂ ਵਿਰਸਾ ਸਿੰਘ ਜੀ ਨੂੰ ਇਹ ਕਹਿਣਾ ਚਾਹਾਂਗਾ, ਬਲਟਵਾ ਜੀ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ 9.5 ਸਾਲ ਹੋ ਗਏ ਤੁਹਾਨੂੰ ਸਰਕਾਰ ਦੇ ਵਿੱਚ, ਕਿ 3-4 ਮਹੀਨਿਆਂ ਦੇ ਵਿੱਚ ਇਹਨਾਂ ਦਾ ਕਰਜ਼ਾ ਮਾਫ਼ ਕਰ ਦਿਓਗੇ? ਬਸ ਸਿਰਫ ਇੰਨੀ ਕੀ ਗੱਲ ਕਹਿ ਦਿਓ। ਨਹੀਂ ਬਾਲੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਸਰਕਾਰ ਕਰੇਗੀ ਮਾਫ਼, ਪ੍ਰੈਕਟੀਕਲੀ ਕਿਵੇਂ ਪੋਸੀਬਲ ਹੈ? 70,000 ਕਰੋੜ ਬਹੁਤ ਜ਼ਿਆਦਾ ਹੈ ਪੰਜਾਬ ਦਾ ਬਜਟ। ਗੌਰਵ ਜੀ ਮੇਰੀ ਗੱਲ ਮੇਰੀ ਇੱਕ ਮਿੰਟ ਮੈਂ ਗੌਰਵ ਜੀ ਇੱਕ ਗੱਲ ਉਹਨਾਂ ਕੋਲ ਪੁੱਛਣਾ ਚਾਹ ਰਿਹਾ ਕਿ 4 ਸਾਲ ਵਿਸ਼ਵਾਸ ਪੂਰੀ ਤਰ੍ਹਾਂ ਉੱਠ ਚੁੱਕਾ ਹੈ। ਸਤਨਾਮ ਜੀ ਪਲੀਜ਼ ਥੋੜਾ ਜਿਹਾ ਹੋਲਡ ਕਰੋ। 4 ਮਹੀਨਿਆਂ 'ਚ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦੇਣਗੇ? ਮੋਦੀ ਸਰਕਾਰ ਇਹਨਾਂ ਦੀ ਹੈ ਤੇ ਅਕਾਲੀ ਸਰਕਾਰ ਇਹਨਾਂ ਦੀ ਹੈ, ਉਹ ਕੀ 4 ਮਹੀਨਿਆਂ ਦੇ ਵਿੱਚ ਕੀ ਮਾਫ਼ ਕਰ ਦੇਣਗੇ? ਨਹੀਂ ਨਹੀਂ ਬਾਲੀ ਸਾਹਿਬ ਮੈਂ ਉੱਧਰ ਜਾਊਂਗਾ, ਇਹੀ ਸਵਾਲ ਮੈਂ ਬਲਟੋਹਾ ਸਾਹਿਬ ਤੋਂ ਪੁੱਛੂਗਾ, ਪਰ ਮੇਰਾ ਛੋਟਾ ਜਿਹਾ ਸਵਾਲ ਇਹ ਹੈ ਕਿ ਕਾਂਗਰਸ ਕਹਿ ਰਹੀ ਹੈ ਕਿ ਅਸੀਂ ਕਰਜ਼ ਮਾਫ਼ੀ ਕਰਾਂਗੇ ਜੇ ਪੰਜਾਬ 'ਚ ਸਰਕਾਰ ਬਣਦੀ ਹੈ ਕਾਂਗਰਸ ਦੀ, ਪ੍ਰੈਕਟੀਕਲ ਕਿਵੇਂ ਪੋਸੀਬਲ ਹੈ? ਕੀ ਤੁਹਾਡੇ ਕੋਲ ਰਣਨੀਤੀ ਹੈ ਕਿਸਾਨਾਂ ਦੇ ਲਈ ਕਿ ਜੇਕਰ ਸਰਕਾਰ ਤੁਹਾਡੀ ਬਣਦੀ ਹੈ? ਮੈਂ ਗੌਰਵ ਜੀ ਮੈਂ ਇਹ ਗੱਲ ਹੁਣ ਵੀ ਤੁਹਾਨੂੰ ਇੰਨੀ ਗੱਲ ਕਹਿ ਰਿਹਾ, ਮੈਂ 2002 ਤੋਂ ਲੈ ਕੇ 2007 'ਚ ਵੀ ਇਹ ਗੱਲ ਕਹਿ ਰਿਹਾ, ਜੋ ਕਿਸਾਨਾਂ ਦੇ ਹਿਤੈਸ਼ੀ ਅਮਰਿੰਦਰ ਸਿੰਘ ਜੀ ਨੇ ਜਾਂ PCC ਸਾਡੇ ਪ੍ਰੈਜ਼ੀਡੈਂਟ ਨੇ ਜੋ ਉਹਨਾਂ ਨੇ ਕਿਹਾ ਉਹ ਕਰਨਗੇ, ਇਹ ਉਹਨਾਂ ਦੀ ਕਾਰਜਸ਼ੈਲੀ ਹੈ। ਸਰ ਕੋਈ ਰੋਡ ਮੈਪ ਵੀ ਹੁੰਦਾ ਹੈ? ਕਰਦੇ ਨੇ ਮਤਲਬ ਕੋਈ ਰੋਡ ਮੈਪ? ਇਹਨਾਂ ਨੂੰ ਕਹੋ ਕਿ 4 ਮਹੀਨੇ 'ਚ ਮਾਫ਼ ਕਰ ਦੇਣ।
ਸਤਨਾਮ ਜੀ ਥੋੜਾ ਹੋਲਡ ਕਰੋ। ਬਲਟਵਾ ਸਾਹਿਬ, ਚਾਰ ਮਹੀਨੇ ਦਾ ਸਮਾਂ ਹੈ, ਕੀ ਕੋਈ ਅਜਿਹੀ ਖਬਰ ਸੈਂਟਰ ਜਾਂ ਸਟੇਟ ਤੋਂ ਕਿਸਾਨਾਂ ਤੱਕ ਪਹੁੰਚ ਸਕਦੀ ਹੈ ਕਰਜ਼ ਮੁਆਫੀ ਨੂੰ ਲੈ ਕੇ? ਮੈਂ ਜੀ ਗੌਰਵ ਜੀ ਵਾਰ ਵਾਰ ਗੱਲ ਕਰਦਾ ਹੈ, ਜਿੱਥੋਂ ਤੱਕ ਪੰਜਾਬ ਦੀ ਕਿਸਾਨੀ ਦੀ ਗੱਲ ਕਰਦੇ ਹਾਂ ਜਾਂ ਕਰਜ਼ਿਆਂ ਦੀ ਗੱਲ ਕਰਦੇ, ਅਸੀਂ ਤਾਂ ਸਭ ਤੋਂ ਵੱਡੇ ਇਸ ਗੱਲ ਦੇ ਮਦਈ ਹੈ ਕਿ ਕਿਸਾਨੀ ਦੇ ਜਿਹੜੇ ਕਰਜ਼ੇ ਆ ਉਹਨੂੰ ਕਰਜ਼ੇ ਦੇ ਜਾਲ ਚੋਂ ਕੱਢਣਾ ਚਾਹੀਦਾ, ਮਾਫ਼ ਹੋਣੇ ਚਾਹੀਦੇ ਆ। ਪਰ ਕਿਉਂਕਿ ਪੰਜਾਬ ਦਾ 70,000 ਕਰੋੜ ਰੁਪਈਆ, ਜੇ ਕਹਿ ਦਿਓ ਵੀ ਪੰਜਾਬ ਸਰਕਾਰ ਕਿਸੇ ਦਾ ਮਾਫ਼ ਕਰਦੇ ਜਾਂ ਪੰਜਾਬ ਸਰਕਾਰ ਇਹਦੇ ਬਾਰੇ ਇੰਨੀ ਸਮਰੱਥ ਹੈ, ਕੋਈ ਵੀ ਨਹੀਂ। ਅਸੀਂ ਝੂਠੀ ਗੱਲ ਕਦੇ ਜ਼ਿੰਦਗੀ 'ਚ ਨਹੀਂ ਕੀਤੀ। ਔਰ ਜਿਸ ਤਰ੍ਹਾਂ ਬਾਲੀ ਸਾਹਿਬ ਕਹਿੰਦੇ ਨੇ, ਮੇਰੀ ਗੱਲ ਸੁਣ ਲੈਣ, ਕੈਪਟਨ ਅਮਰਿੰਦਰ ਸਿੰਘ ਪਤਾ ਲੱਗ ਗਿਆ ਜੀ ਇਹ ਗੱਲ ਪੰਜਾਬ ਦੇ ਲੋਕ ਕਿਵੇਂ ਕਰਨ। 2002 ਦੇ ਵਿੱਚ ਸਰਕਾਰ ਗੱਲਾਂ ਨੀ ਚੱਲਦੀਆਂ। ਪੰਜਾਬ ਦੇ ਕਿਸਾਨ ਨੂੰ ਪਤਾ ਹੈ, ਪੰਜਾਬ ਦੇ ਲੋਕਾਂ ਨੂੰ ਪਤਾ ਕਿ ਸਾਡਾ ਹਮਦਰਦ ਕੌਣ ਹੈ, ਸਾਡਾ ਹਿਤੈਸ਼ੀ ਕੌਣ ਹੈ, ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੌਜੂਦਾ ਸਰਕਾਰ ਦੇ ਕਿਸਾਨਾਂ ਵਾਸਤੇ ਕੁਝ ਕੀਤਾ ਹੈ? ਕਿਸੇ ਨੂੰ ਦੱਸਣ ਦੀ ਲੋੜ ਹੈ? ਕਿਸੇ ਨੂੰ ਦੱਸਣ ਦੀ ਲੋੜ ਹੈ? ਮਾਫ ਨਹੀਂ ਕਰ ਸਕਦੇ ਕੁਝ ਵੀ? ਮੈਂ ਗੱਲਾਂ ਕਹੀ ਜਾਣੀ, ਗੱਲਾਂ ਕਰਨਾ ਨਹੀਂ ਆਉਂਦਾ, ਝੂਠ ਤੁਹਾਨੂੰ ਝੂਠ ਲੈ ਬੈਠਾ, ਸਤਨਾਮ ਜੀ ਦਾ ਪੱਖ ਜਾਣ ਲਈ। ਸਤਨਾਮ ਜੀ ਠੀਕ ਹੈ, ਪਲੀਜ਼ ਮੇਰਾ ਛੋਟਾ ਜਿਹਾ ਸਵਾਲ ਹੈ ਸਤਨਾਮ ਜੀ। ਗੌਰਵ ਜੀ ਮੈਨੂੰ ਗੱਲ ਪੂਰੀ ਕਰ ਦਿਓ, ਮੈਂ ਕਿਸੇ ਦੀ ਗੱਲ ਬੋਲਦਾ ਨਹੀਂ। ਠੀਕ ਹੈ ਬਲਟਵਾ ਜੀ, ਤੁਸੀਂ ਕੰਪਲੀਟ ਕਰੋ। ਬਾਲੀ ਸਾਹਿਬ ਤੇ ਸਤਨਾਮ ਜੀ, ਮੈਂ ਰਿਕੁਐਸਟ ਕਰੂੰਗਾ ਕਿ ਉਹਨਾਂ ਨੂੰ ਗੱਲ ਕੰਪਲੀਟ ਕਰ ਲੈਣ ਦਿਓ। ਬਲਟਵਾ ਜੀ, ਅੱਛਾ ਜੀ, ਮੇਰੀ ਬੇਨਤੀ ਜੀ, ਅਸੀਂ ਸਭ ਤੋਂ ਵੱਡੇ ਮਦਈ ਹਾਂ ਪੰਜਾਬ ਦੀ ਕਿਸਾਨੀ ਸਮੱਸਿਆ 'ਚ ਹੈ। ਇਹਦੇ ਉੱਤੇ ਜਿਹੜਾ ਕਰਜ਼ੇ ਦਾ ਬੋਝ ਹੈ, ਅਸੀਂ ਸੈਂਟਰ ਸਰਕਾਰ ਕੋਲ ਵਾਰ ਵਾਰ ਮਸਲਾ ਉਠਾਇਆ ਹੈ, ਔਰ ਜਿੰਨੀ ਅਸੀਂ ਸਮਰੱਥ ਸੀ, ਜੋ ਅਸੀਂ ਪੰਜਾਬ ਸਰਕਾਰ ਕਿਸਾਨਾਂ ਵਾਸਤੇ ਕਰ ਸਕਦੀ ਸੀ, 5,000 ਕਰੋੜ ਰੁਪਈਆ ਸਾਲਾਨਾ ਜਿਹੜਾ ਹੈ ਬੰਬੀਆਂ ਦੇ ਬਿੱਲ ਮਾਫ਼ ਕੀਤੇ ਹੈ, ਹੋਰ ਵੀ ਜਿਹੜੀਆਂ ਰਿਆਇਤਾਂ ਕਿਸਾਨਾਂ ਨੂੰ ਦਿੱਤੀਆਂ ਨੇ, ਔਰ ਜਿੱਥੋਂ ਤੱਕ ਹੈ ਇਹਨਾਂ ਦੇ ਜਿਹੜੇ ਕਰਜ਼ੇ ਨੇ ਮਾਫ਼ ਹੋਣੇ ਚਾਹੀਦੇ ਨੇ, ਉਹਦੇ ਵਾਸਤੇ ਅਸੀਂ ਸੈਂਟਰ ਸਰਕਾਰ ਕੋਲ ਕਈ ਵਾਰ ਪਹੁੰਚ ਕੀਤੀ ਹੈ, ਆਪਦਾ ਦਬਾਅ ਵੀ ਬਣਾ ਰਹੇ ਹਾਂ। ਔਰ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਟੇਜ ਤੇ ਖੜ ਕੇ ਲੋਕਾਂ ਦੇ ਸਾਹਮਣੇ ਕਹਿ ਦਿੱਤਾ ਕਿ ਮੋਦੀ ਸਾਹਿਬ ਜੈ ਜਵਾਨ ਹੋ ਗਈ, ਤੁਸੀਂ ਵਨ ਰੈਂਕ ਵਨ ਪੈਨਸ਼ਨ ਦੇ ਦਿੱਤੀ, ਤੇ ਇਹ ਜਿਹੜੇ ਜੈ ਕਿਸਾਨ ਨਾ ਕੀਤੀ, ਤੇ ਹਿੰਦੁਸਤਾਨ ਦਾ ਕਿਸਾਨ ਜਿਹੜਾ ਹੈ ਜਿਹੜਾ ਸਮੱਸਿਆ 'ਚ ਉਹਦੀ ਸਮੱਸਿਆ ਦੂਰ ਨਾ ਕੀਤੀ, ਤੇ ਬੜੀ ਵੱਡੀ ਸਮੱਸਿਆ ਪੈਦਾ ਹੋਊ। ਇਸ ਟੇਬਲ ਤੇ ਕਿਵੇਂ ਸਰ ਪ੍ਰਕਾਸ਼ ਸਿੰਘ ਬਾਦਲ ਨੇ ਓਪਨਲੀ ਸਟੇਜ ਦੇ ਉੱਤੇ ਪਬਲਿਕ ਦੇ ਵਿੱਚ ਕਿਹਾ, ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ? ਇਹ ਸਾਡੀ ਭਾਵਨਾ ਹੈ, ਸਾਡੇ ਜੋ ਸਾਡੇ ਹਿਰਦੇ 'ਚ ਅਸੀਂ ਉਹਦੀ ਗੱਲ ਕਰਦੇ ਹਾਂ। ਕੈਪਟਨ ਸਾਹਿਬ ਆਪ ਇਹ ਨੀ ਗਾ ਵੀ ਗੱਲ ਕੁਛ ਕਰਦੇ ਹੋ, ਹਵਾ 'ਚ ਤੀਰ ਛੱਡ ਦਿਓ, ਜਿਸ ਤਰ੍ਹਾਂ ਕੇਜਰੀਵਾਲ ਨੇ ਕਹਿਤਾ ਕਿ ਮੇਰੀ ਸਰਕਾਰ ਬਣ ਗਈ, ਠੀਕ ਹੈ ਬਲਟਵਾ ਸਾਹਿਬ, ਇਸ ਤਰ੍ਹਾਂ ਜੀ ਮੈਂ ਸਾਰੇ 70,000 ਕਰੋੜ ਮਾਫ਼ ਕਰ ਦੂੰ। ਜੋ ਅਸਲੀਅਤ ਹੈ ਉਹਦੀ ਗੱਲ ਕਰਨੀ ਚਾਹੀਦੀ ਹੈ। ਸਵਾਮੀਨਾਥਨ ਰਿਪੋਰਟ ਨੂੰ ਪੜਿਆ ਹੋਏਗਾ, ਮੈਂ ਬਹੁਤ ਜ਼ਿਆਦਾ ਡਿਟੇਲ ਸਵਾਮੀਨਾਥਨ ਰਿਪੋਰਟ ਨਹੀਂ ਪੜ੍ਹੀ ਹੈ। ਜੇਕਰ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਇੱਕ ਸੈਕਿੰਡ, ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਮੈਂ ਇਸ ਚੀਜ਼ ਨੂੰ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਕਿਸਾਨ ਜਥੇਬੰਦੀਆਂ ਇਸ ਤਰ੍ਹਾਂ ਸੁਜੈਸਟ ਕਰ ਸਕਦੀਆਂ ਕਿ ਜੇ ਇੱਕ ਵਾਰ 'ਚ ਪੂਰੀ ਰਿਪੋਰਟ ਲਾਗੂ ਨਹੀਂ ਕੀਤੀ ਜਾ ਸਕਦੀ ਤਾਂ ਕੁਝ ਸੈਗਮੈਂਟ ਕਰ ਲਓ, ਸਰਕਾਰਾਂ ਕੁਝ ਸੈਗਮੈਂਟ ਕਰਕੇ ਕੁਝ ਹਿੱਸੇ ਤਾਂ ਇੰਪਲੀਮੈਂਟ ਕੀਤੇ ਜਾਣ, ਪੂਰੀ ਰਿਪੋਰਟ ਜੇਕਰ ਤੁਸੀਂ ਨਹੀਂ ਕਰ ਸਕਦੇ, ਅਜਿਹਾ ਪੋਸੀਬਲ ਹੈ, ਅਜਿਹਾ ਮੁਮਕਿਨ ਹੈ? ਸਤਨਾਮ ਜੀ ਨਹੀਂ ਜੀ, ਇਹ ਤਾਂ ਸਰਵਉੱਚ ਅਦਾਲਤ ਦੇ ਵਿੱਚ ਇੱਕ ਆਰਡਰ ਆ ਗਿਆ ਵੀ ਮਾਣਯੋਗ ਅਦਾਲਤ ਸਹਿਮਤ ਹੋ ਗਈ ਵੀ 4 ਹਫ਼ਤੇ ਦੇ ਵਿੱਚ ਇੱਕ ਹਲਫ਼ਨਾਮਾ ਭਾਰਤ ਸਰਕਾਰ ਦੇਵੇ ਵੀ ਇਹਨੂੰ ਲਾਗੂ ਕਦੋਂ ਕਰਨਾ। ਅਸੀਂ ਉਹਦੇ 'ਚ ਕੈਂਚੀ ਕਿਵੇਂ ਫੇਰ ਸਕਦੇ ਹਾਂ? ਇਹ ਤਾਂ ਖੁਦਕਸ਼ੀਆਂ ਨੂੰ ਜੇ ਬਚਾਉਣਾ ਹੈ, ਦੇਸ਼ ਨੂੰ ਬਚਾਉਣਾ ਹੈ, ਤਾਂ ਇਸ ਫਾਰਮੂਲੇ ਤੋਂ ਘੱਟ ਕੋਈ ਕਿਸਾਨ ਦੇਸ਼ ਦੇ ਕਿਸੇ ਵੀ ਸੰਸਥਾ ਨੂੰ ਵਾਰਾ ਨਹੀਂ ਖਾਂਦਾ। ਇਹ ਹੁਣ ਮਾਣਯੋਗ ਅਦਾਲਤ ਨੇ ਵੇਖਣਾ। ਮੈਂ ਬਲਟੋਹਾ ਸਾਹਿਬ ਰਾਹੀਂ ਫਿਰ ਮੋਦੀ ਸਾਹਿਬ ਨੂੰ ਸੁਚੇਤ ਕਰਨਾ ਚਾਹੁੰਦਾ ਵਾਂ, ਜੇ ਰਾਜਸੀ ਨਕਸ਼ੇ ਦੇ ਭਾਰਤ ਵਿੱਚ ਰਹਿਣਾ, ਬਹੁ ਵੱਸੋਂ ਦੇਸ਼ ਦੇ ਕਿਸਾਨਾਂ ਦੀ ਏ, ਇਹ ਹਲਫ਼ਨਾਮੇ ਨੂੰ ਵਾਪਸ ਲੈ ਕੇ ਮਾਫ਼ੀ ਮੰਗਣ। ਔਰ ਸਵਾਮੀਨਾਥਨ ਫਾਰਮੂਲਾ ਕਦੋਂ ਲਾਗੂ ਕਰਨਾ ਹੈ, ਦੇਸ਼ ਦੇ ਕਿਸਾਨਾਂ ਨੂੰ ਇੱਕ ਮੀਟਿੰਗ ਬੁਲਾ ਕੇ ਵਿਸ਼ਵਾਸ ਹੀ ਲੈਣ, ਤਾਂ ਕਿ ਹੋ ਸਕਦਾ ਵੀ ਹਾਈ ਸੁਪਰੀਮ ਕੋਰਟ ਦੀ ਮਾਰ ਤੋਂ ਠੀਕ ਹੈ ਮੋਦੀ ਸਰਕਾਰ। ਛੋਟਾ ਜਿਹਾ ਰਿਐਕਸ਼ਨ ਬਾਲੀ ਸਾਹਿਬ ਤੁਹਾਡਾ, ਵਰਨਾ
ਸਤਨਾਮ ਜੀ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸਮਝਾਈਆਂ ਨੇ, ਠੀਕ ਹੈ ਬਾਲੀ ਸਾਹਿਬ ਸਮਾਂ ਬਹੁਤ ਘੱਟ ਹੈ, ਆਈਸੀ ਪਾਰਟੀ ਦਾ ਤਿਆਰ ਨਹੀਂ, ਉਹ ਕਿਸਾਨ ਅੰਦੋਲਨ ਕਰੇਗਾ ਔਰ ਆਪਦੇ ਹੱਕ ਪ੍ਰਾਪਤ ਕਰਕੇ ਹੀ ਆਪਣੇ, ਠੀਕ ਹੈ ਬਾਲੀ ਸਾਹਿਬ ਅਕਾਲੀ ਦਲ ਨੇ ਸਾਫ਼ ਸਪਸ਼ਟ ਕਰ ਦਿੱਤਾ, ਹੁਣ ਇਸ ਤੋਂ ਜ਼ਿਆਦਾ ਆਪਾਂ ਹੁਣ ਇਹਨਾਂ ਕੋਲੋਂ ਕੀ ਪੁੱਛਣਾ ਚਾਹੁੰਦੇ ਹਾਂ, 4 ਮਹੀਨਿਆਂ 'ਚ 70,000 ਕਰੋੜ ਮਾਫ਼ ਤਾਂ ਨਹੀਂ ਕਰ ਸਕਦੇ, ਇਹ ਹੁਣ ਬਲਟੋਆ ਜੀ ਦਾ ਕਹਿਣਾ, ਇਹਨਾਂ ਦੀ ਸਰਕਾਰ ਦਾ ਕਹਿਣਾ, ਕੋਈ ਵੀ ਸਿਆਸੀ ਧਿਰ ਹੋਵੇ ਇਸ ਚੀਜ਼ ਨੂੰ ਬਖੂਬੀ ਸਮਝ ਰਹੀ ਹੈ ਕਿ ਕਿਸਾਨਾਂ ਦੀ ਜੋ ਮੁਸ਼ਕਿਲ ਹੈ ਛੋਟੀ ਮੁਸ਼ਕਿਲ ਨਹੀਂ ਹੈ, ਬਹੁਤ ਵੱਡੀ ਮੁਸ਼ਕਿਲ ਹੈ। ਪਰ ਇਸ ਵਿਚਾਲੇ ਸਵਾਮੀਨਾਥਨ ਰਿਪੋਰਟ ਦੀ ਚਰਚਾ ਹਰ ਵਾਰ ਹੁੰਦੀ ਹੈ, ਲਾਗੂ ਕਦੋਂ ਹੋਏਗੀ ਕਿਸੇ ਨੂੰ ਨਹੀਂ ਪਤਾ, ਸਟੇਟ ਕਹਿ ਰਹੀ ਹੈ ਕਿ ਸੈਂਟਰ ਨਹੀਂ ਕਰ ਰਹੀ ਤੇ ਸੈਂਟਰ ਦਾ ਆਪਣਾ ਵੱਖਰਾ ਤਰਕ ਹੁੰਦਾ ਹੈ। ਇਸ ਵਿਚਾਲੇ ਜੋ ਅਸੀਂ ਆਪਣੇ ਦਰਸ਼ਕਾਂ ਤੋਂ ਸਵਾਲ ਪੁੱਛਿਆ ਉਸਦਾ ਵੀ ਜ਼ਿਕਰ ਕਰ ਦਈਏ, ਅਸੀਂ ਆਪਣੇ ਦਰਸ਼ਕਾਂ ਤੋਂ ਅੱਜ ਦਾ ਸਵਾਲ ਪੁੱਛਿਆ ਸੀ ਕਿ ਕੇਂਦਰ ਤੇ ਸੂਬਾ ਸਰਕਾਰਾਂ ਕਿਸਾਨਾਂ ਦੇ ਕਰਜ਼ ਮੁਆਫ਼ ਕਰਨ 'ਚ ਪਹਿਲ ਕਰਨਗੀਆਂ, ਕਿ ਵਾਕਈ ਪਹਿਲ ਕਰ ਸਕਦੀਆਂ ਨੇ ਜਾਂ ਕਰਨਗੀਆਂ, ਤਾਂ ਜੋ ਜਵਾਬ ਆਇਆ ਸਾਡੇ ਦਰਸ਼ਕਾਂ ਦਾ ਉਹ ਵੀ ਹੁਣ ਤੁਹਾਡੀ ਟੀਵੀ ਸਕਰੀਨ 'ਤੇ, ਜੋ ਤੁਹਾਡਾ ਜਵਾਬ ਹੈ, ਸਿਰਫ 31% ਲੱਗਦਾ ਕਿ ਹਾਂ ਪਹਿਲ ਕਰਨਗੇ, ਜਦਕਿ 69% ਲੋਕਾਂ ਨੂੰ ਲੱਗਦਾ ਕਿ ਨਹੀਂ ਪਹਿਲ ਨਹੀਂ ਕਰਨਗੇ। ਤਾਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਦਾ ਮਕਸਦ ਕਿਸਾਨਾਂ ਦੇ ਮੁੱਦੇ ਅਤੇ ਮੁਸ਼ਕਿਲਾਂ ਨੂੰ ਸਰਕਾਰਾਂ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣਾ ਹੈ, ਤਾਂ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਕੋਈ ਸਾਰਥਕ ਸਮਾਧਾਨ ਨਿਕਲ ਸਕੇ। ਸਾਡੀ ਕੋਸ਼ਿਸ਼ ਜਾਰੀ ਹੈ, ਅੱਗੇ ਵੀ ਜਾਰੀ ਰਹੇਗੀ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ।